ਵਾਹ ਖਾਲਸਾ ਫਤਿਹ ਜੀ ਫਤਿਹ ਵਾਹਿ ਖਾਲਸਾ ਵਾਹਿ ਫਤਿਹ ਭਾਜੀ ਠੀਕ ਹੋ ਭਾਜੀ ਚੜ੍ਹਦੀ ਕਲਾ ਮਹਾਂਪੁਰਖ ਵਧੀਆ ਵਧੀਆ ਚਲੋ ਚੜ੍ਹਦੀ ਕਲਾ ਚਾਹੀਦੀ ਗੁਰੂ ਸਾਹਿਬ ਮਿਹਰ ਕਰੇ ਜੀ ਭਾਜੀ ਚੜ੍ਹਦੀ ਕਲਾ ਹੋਰ ਹੋਰ ਵਧੀਆ ਵਧੀਆ ਭਾਜੀ ਬੀਬੀ ਦਾ ਮੁੜ ਕੇ ਫੋਨ ਹੀ ਕੋਈ ਨਹੀਂ ਆਇਆ ਬੀਬੀ ਤਾਂ ਨਹੀਂ ਆ ਨਾ ਆ ਜਾਏਗਾ ਕੋਈ ਗੱਲ ਜੇ ਨਹੀਂ ਆਇਆ ਤਾਂ ਮੈਂ ਕਹਿ ਦੇਣਾ ਜੀ ਫਿਰ ਉਹਨਾਂ ਨੂੰ ਕੱਲ ਮੈਂ ਸੁਨੇਹਾ ਲਾਇਆ ਤਾਂ ਸੀ ਮੈਂ ਫਿਰ ਵੀ ਕਹਿ ਦੇਣਾ ਜੀ ਉਹਨਾਂ ਨੂੰ ਦੁਪਹਿਰ ਤੋਂ ਬਾਅਦ ਕਰੇ ਜੀ ਹੁਣ ਠੀਕ ਹੈ ਨਾ ਠੀਕ ਹੈ ਕੋਈ ਗੱਲ ਠੀਕ ਹੈ ਭਾਜੀ ਕੋਈ ਗੱਲ ਤੇ ਹੋਰ ਸਭ ਠੀਕ ਹੈ ਭਾਜੀ ਮੌਜਾਂ ਵਧੀਆ ਚੜ੍ਹਦੀ ਕਲਾ ਠੀਕ ਠਾਕ ਚਲੋ ਤੇ ਭਾਜੀ ਵੀਰ ਸਿੰਘ ਨੂੰ ਵੀ ਕਹਿਣਾ ਸੀ ਭਾਜੀ ਨੂੰ ਉਹ ਅਜੇ ਇਸ ਤਰ੍ਹਾਂ ਤਾਂ ਕਿਆ ਗੱਲ ਨਹੀਂ ਬਣਨੀ ਫਿਰ ਮੈਂ ਚਲ ਜਾਊਂਗਾ ਨਹੀਂ ਮੈਂ ਆਪਣੇ ਲੈਵਲ 'ਤੇ ਜਾਣਾ ਨਾ ਹਾਂ ਅੱਜ ਚੱਲਿਆ ਮੈਂ ਹੋ ਕੇ ਅੱਛਾ ਆਉਣਾ ਅੱਜ ਠੀਕ ਹੈ ਜੇ ਜੇ ਹੋ ਸਕਿਆ ਤੇ ਕਿ ਮੈਨੂੰ ਜੇ ਤੁਸੀਂ ਮਹਿਸੂਸ ਕਰਦੇ ਹੋ ਤੇ ਮੈਂ ਵੀ ਪਹੁੰਚ ਜਾਗਾ ਕੋਈ ਗੱਲ ਨਹੀਂ ਅੱਗੇ ਪਿੱਛੇ ਸੀ ਤੁਹਾਡੇ ਨਾਲੋਂ ਨਹੀਂ ਉਸ ਤਰ੍ਹਾਂ ਨਾ ਫਿਰ ਮੇਰੇ ਨਾਲ ਨਾ ਨਾ ਕਰੋ ਜੇ ਤੁਸੀਂ ਜਾਣਾ ਉਹ ਤਾਂ ਵੱਖਰਾ ਜਾਇਓ ਜੀ ਨਹੀਂ ਨਹੀਂ ਮੈਂ ਜਾਵਾਂਗਾ ਤਾਂ ਵੱਖਰਾ ਹੀ ਮੈਂ ਤੁਹਾਡੇ ਬਾਰੇ ਥੋੜ੍ਹਾ ਜ਼ਿਕਰ ਕਰਾਂਗਾ ਉੱਥੇ ਆਹੋ ਆਹੋ ਠੀਕ ਹੈ ਕਿ ਨਹੀਂ ਨਾ ਅਤੇ ਮੈਂ ਹਾਂ ਵੀ ਇੱਕ ਜੀ ਮੈਂਬਰ ਇੱਕ ਦੋ ਹੋਰ ਵੀ ਹੈਗੇ ਆ ਅਤੇ ਜੇ ਠੀਕ ਹੈ ਸਾਨੂੰ ਜੀ ਲਾਲਪੁਰਾ ਸਾਹਿਬ ਨਾਲ ਮਿਲਾ ਦਿਉ ਤਾਂ ਉਹਨਾਂ ਨੂੰ ਮਿਲਾ ਦਿਉ ਜਦੋਂ ਕਹੋਗੇ ਹੈਂ ਜਦੋਂ ਕਹੋਗੇ ਤੁਸੀਂ ਜਦੋਂ ਤੁਸੀਂ ਕਹੋਗੇ ਦੱਸੋ ਬਸ ਠੀਕ ਹੈ ਜੇ ਤੁਸੀਂ ਜੇ ਫੋਨ ਤੇ ਗੱਲ ਕਰਨੀ ਹੈ ਤੇ ਮੈਂ ਤੁਹਾਨੂੰ ਆਣ ਕੇ ਫੋਨ ਤੇ ਗੱਲ ਕਰਵਾ ਦਾਂਗਾ ਜੇ ਤੁਸੀਂ ਚਾਹੁੰਦੇ ਹੋ ਮਿਲਣਾ ਵੀ ਆਪਾਂ ਨੂੰ ਦਿੱਲੀ ਜਾਣਾ ਪਏਗਾ ਕਿਉਂਕਿ ਕੱਲ ਜੇ ਕਹਿੰਦੇ ਨਾ ਕੱਲ ਤਾਂ ਇੱਥੇ ਹੀ ਸੀ ਕੱਲ ਤਾਂ ਸਾਰੀ ਪਰ ਦਿਹਾੜੀ ਇੱਥੇ ਹੀ ਹੁਣ ਰਿਹਾ ਜਲੰਧਰ ਹੀ ਮੈਂ ਅੱਛਾ ਕੱਲ ਦਿਹਾੜੀ ਮੈਂ ਹੁਣ ਮੈਂ ਵੀ ਕੱਲ੍ਹ ਦਾ ਫਿਰ ਪ੍ਰੋਗਰਾਮ ਬਣਿਆ ਨਾ ਨਹੀਂ ਨਹੀਂ ਬਹੁਤ ਵਧੀਆ ਕੀਤਾ ਕੋਈ ਗੱਲ ਨਹੀਂ ਤੁਸੀਂ ਮੈਂ ਤੁਹਾਡੀ ਪਹਿਲਾਂ ਫੋਨ ਤੇ ਗੱਲ ਕਰਾ ਦੇਣਾ ਜੇ ਕਹੋ ਤਾਂ ਕੱਲ ਨੂੰ ਆਪਾਂ ਅੱਜ ਭਾਵੇਂ ਜਦੋਂ ਮਰਜ਼ੀ ਕਹੋਗੇ ਆਪਾਂ ਦਿੱਲੀ ਚਲੇ ਜਾਵਾਂਗੇ ਦੂਜੀ ਗੱਲ ਕੱਲ ਨੂੰ ਕੱਲ 7 ਹੈ ਨਾ ਜੀ ਕੱਲ ਹੈਗੀ ਆ 7 ਅੱਜ 6 ਆ ਆਹੋ ਕੱਲ ਕੱਲ ਨੂੰ ਪੀਐਮ ਸਾਹਿਬ ਦਾ ਪ੍ਰੋਗਰਾਮ ਹੈ ਘਰੇ ਉਹਨਾਂ ਦੇ ਅੱਛਾ ਅਖੰਡ ਪਾਠ ਸਾਹਿਬ ਦਾ ਭੋਗ ਗਿਆ ਨਾਲੇ ਗੁਰਪੁਰਬ ਦਾ ਮਨਾਉਣਾ ਉੱਥੇ ਕੱਲ ਸ਼ਾਮ ਨੂੰ ਅੱਛਾ ਪਰ ਉੱਥੇ ਤੁਹਾਡਾ ਠੀਕ ਨਹੀਂ ਰਹੇਗਾ ਹਨਾ ਨਹੀਂ ਉੱਥੇ ਫਿਰ ਜਾਣਾ ਠੀਕ ਨਾ 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 ਕਿਉਂਕਿ ਕਈਆਂ ਨੇ ਉੱਥੇ ਆਉਣਾ ਕਈਆਂ ਨੇ ਜਾਣਾ ਤੁਸੀਂ ਦੱਸਿਓ ਮੈਨੂੰ ਜਿਵੇਂ ਤੁਹਾਨੂੰ ਠੀਕ ਆਪਾਂ ਆਪਾਂ ਲੱਗਦਾ ਬਣਾ ਲਾਂਗੇ ਪ੍ਰੋਗਰਾਮ ਮੈਂ ਫਿਰ ਅੱਜ ਦੁਪਹਿਰ ਤੋਂ ਬਾਅਦ ਫਿਰ ਬਣਾ ਲੈ ਹਾਂ ਤੁਸੀਂ ਬਣਾ ਲਓ ਕੋਈ ਗੱਲ ਨਹੀਂ ਉੱਦਾਂ ਮੈਂ ਤਾਂ ਕੱਲ ਨੂੰ ਜਾਣਾ ਸੀ ਉੱਥੇ ਕੀ ਨਾਲੇ ਦਾ ਪਾਕਿਸਤਾਨ ਗੁਰਪੁਰਬ ਤੇ ਅੱਛਾ ਚੱਲ ਨਹੀਂ ਕਦੋਂ ਕੱਲ ਕੱਲ ਭਾਜੀ ਕਹਿੰਦੇ ਨਹੀਂ ਚੱਲ ਜਾਣਾ ਉਧਰ ਨੂੰ ਹੈ ਕੱਲ ਉਧਰ ਚੱਲ ਜਾਣਾ ਨਹੀਂ ਅਸਲ ਚ ਕੱਲ ਨੂੰ ਬਣਾਇਆ ਸੀ ਬੀਜੇਪੀ ਵੱਲੋਂ ਕਿ ਚੱਲ ਦਰਬਾਰ ਉੱਥੇ ਕਰਤਾਰਪੁਰ ਮੱਥਾ ਟੇਕ ਆਈਏ ਅੱਛਾ ਠੀਕ ਹੈ ਉਹ ਸਗੋਂ ਉਹਨਾਂ ਮੇਰੀ ਜ਼ਿੰਮੇਵਾਰੀ ਆਤੀ ਉੱਥੇ ਕਿ ਤੂੰ ਸਨਮਾਨ ਤੂੰ ਕਰਾਉਣਾ ਹੀ ਸਾਰਿਆਂ ਦਾ ਅੱਛਾ ਠੀਕ ਹੈ ਜੀ ਇੱਕ ਮਿੰਟ ਹੋਲ ਹੈਲੋ 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 ਹਾਂਜੀ 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 ਜੀ ਜੀ ਭਾਜੀ ਤੇ ਇਹ ਬਣਾ ਲਏ ਫਿਰ ਪ੍ਰੋਗਰਾਮ ਬਣਾ ਲੈਂਦੇ ਹਾਂ ਠੀਕ ਹੈ ਕਿ ਨਹੀਂ ਕੋਈ ਗੱਲ ਨਹੀਂ ਜਿਵੇਂ ਜਿਵੇਂ ਤੁਸੀਂ ਕਹਿੰਦੇ ਹੋ ਮੈਂ ਤੁਹਾਡੇ ਕੋਲ ਹਾਜ਼ਰ ਹਾਂ ਜੀ ਹਾਂ ਚਲੋ ਵਧੀਆ ਜੀ ਭਾਜੀ ਨਾਲ ਵੀ ਗੱਲ ਕਰ ਲਿਓ ਅੱਛਾ ਮੈਂ ਕਿਹਾ ਨਾ ਜੇ ਕੋਈ ਮਾਇਆ ਛਾਇਆ ਵਾਲਾ ਹੋਇਆ ਜਿੰਨੇ ਕੋਈ ਮੈਂਬਰ ਮੂਵ ਤਾਂ ਉਹਦਾ ਕਿਤਰ ਸਰ ਕੋਈ ਜਿਵੇਂ ਤੁਸੀਂ ਕਹੋਗੇ ਕਰ ਲਾਂਗੇ ਕੋਈ ਗੱਲ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਨਾ ਹਾਂ ਚਲੋ ਵਧੀਆ ਹੋਰ ਸਭ ਠੀਕ ਹੈ ਵਧੀਆ ਚੜ੍ਹਦੀ ਕਲਾ ਮੌਜਾਂ ਮੌਜਾਂ ਵਧੀਆ ਵਧੀਆ ਠੀਕ ਠੀਕ ਹੈ ਹਾਂ ਕੋਈ ਗੱਲ ਨਹੀਂ ਜਿਵੇਂ ਤੁਹਾਨੂੰ ਠੀਕ ਲੱਗਦਾ ਮੈਨੂੰ ਦੱਸ ਦਿਓ ਜੀ ਆਪਾਂ ਓਕੇ ਓਕੇ ਠੀਕ ਹੈ ਜੇ 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 ਮੁਲਾਕਾਤ ਕਰਨੀ ਹੈ ਹਾਂਜੀ ਹਾਂਜੀ ਤੇ ਫਿਰ ਇਹ ਹੈ ਕਿ ਆਪਾਂ ਗੱਡੀ ਭਜਾ ਸਕਦੇ ਹਾਂ ਤੇ ਆਪਾਂ ਗੱਡੀ ਭਜਾ ਲਾਂਗੇ ਉਧਰ ਨੂੰ ਅੱਛਾ ਠੀਕ ਹੈ ਦਿੱਲੀ ਨੂੰ ਠੀਕ ਹੈ ਠੀਕ ਹੈ ਨਾ ਚਲੋ ਠੀਕ ਹੈ ਠੀਕ ਉਹਦੇ ਵਿੱਚ ਵੀ ਫਾਇਦਾ ਹੀ ਹੈ ਮੁਲਾਕਾਤ ਕਰਦੇ ਹਾਂ ਵੀ ਨਹੀਂ ਕੋਈ ਨਹੀਂ ਫਿਰ ਉਹਨਾਂ ਨੂੰ ਮਿਲ ਕੇ ਜੇ ਉਹਨਾਂ ਨੂੰ ਡਿਸਕਸ਼ਨ ਕਈ ਵਿੱਚ ਹੋਰ ਵੀ ਕਈ ਕਈ ਤਰ੍ਹਾਂ ਦੇ ਹੋਰ ਰਾਹ ਨਿਕਲ ਆਉਂਦੇ ਆ ਹਾਂਜੀ 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 ਹੈ ਨਾ
ਅਤੇ ਮੈਨੂੰ ਮੈਂ ਤਾਂ ਵੀ ਕੋਈ ਨਾ ਭਾਜੀ ਮੈਂ ਵੀ ਇੱਕ ਦੋ ਬੰਦੇ ਆ ਜਾਣੇ ਜੇ ਜੇ ਭਾਜੀ ਇਸ ਆ ਜਾਵੇ ਤਾਂ ਆਪਾਂ ਨੂੰ ਹੋਰ ਕੀ ਚਾਹੀਦਾ। ਹਾਂ ਠੀਕ ਹੈ ਹਾਂ ਠੀਕ ਅਤੇ ਹੈ ਨਾ, ਕੋਈ ਗੱਲ ਨਹੀਂ ਭਾਜੀ, ਠੀਕ ਹੈ ਠੀਕ ਠੀਕ ਹੈ ਚਲੋ ਫਿਰ ਮੈਂ ਤੁਹਾਨੂੰ ਮਿਲ ਕੇ ਕਰੂੰਗਾ ਓਕੇ ਠੀਕ ਓਕੇ 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 ਠੀਕ ਹੈ ਭਾਜੀ, ਥੈਂਕ ਓਕੇ ਯੂ ਭਾਜੀ, ਥੈਂਕ ਥੈਂਕ ਯੂ ਥੈਂਕ ਯੂ ਭਾਜੀ। ਖਾਲਸਾ ਫਤਿਹ ਜੀ ਫਤਿਹ।